ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਸਲਹੋਜ਼ੇ ਵਿਖੇ ਬੁੱਧਵਾਰ ਸਵੇਰੇ 6:30 ਵਜੇ ਤੇ ਹੋਈ ਇੱਕ ਗੋਲੀਬਾਰੀ ਦੀ ਘਟਨਾ ਚੱਕ ਤਿੱਥਾ ਕਾਤਿਲ ਸਮੇਤ ਲੂ ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਵੈਲੀ ਟਰਾਂਸਪੋਰਟੇਸ਼ਨ ਅਥਾਰਟੀ ਦੇ ਇੱਕ ਰੇਲ ਯਾਰਡ ਵਿੱਚ ਹੋਈ ਹੈ। ਮ੍ਰਿਤਕ ਵਿਅਕਤੀਆਂ ਵਿੱਚ 36 ਸਾਲਾ ਸਿੱਖ ਨੌਜਵਾਨ ਤਪਤੇਜ ਦੀਪ ਸਿੰਘ ਵੀ ਸ਼ਾਮਿਲ ਸੀ। ਤਪਤੇਜ ਦੀਪ ਸਿੰਘ ਦੇ ਨਾਲ ਕੰਮ ਕਰਦੇ ਕਰਮਚਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਤਪਤੇਜ ਦੀਪ ਸਿੰਘ ਆਪਣਾ ਕਮਰਾ ਛੱਡ ਕੇ ਉਸ ਥਾਂ ਤੇ ਪਹੁੰਚ ਗਿਆ ਜਿੱਥੇ ਗੋਲੀਆਂ ਚੱਲ ਰਹੀਆਂ ਸਨ ਤਾਂ ਕਿ ਲੋਕਾਂ ਦਾ ਬਚਾ ਕੀਤਾ ਜਾ ਸਕੇ ਪਰ ਲੋਕਾਂ ਦੀ ਜਾਨ ਬਚਾਉਂਦਾ ਹੋਇਆ ਹੀ ਉਹ ਗੋਲੀਆਂ ਦੀ ਲਪੇਟ ਵਿੱਚ ਆ ਗਿਆ ਅਤੇ ਆਪਣੀ ਜਾਨ ਗੁਆ ਬੈਠਾ ਉਹ ਕੈਲੀਫੋਰਨੀਆ ਦੇ ਯੂਨੀਅਨ ਸਿਟੀ ਦਾ ਵਸਨੀਕ ਸੀ ਉਹ ਇੱਥੇ ਆਪਣੀ ਪਤਨੀ ਅਤੇ ਦੋ ਛੋਟੀਆਂ ਬੱਚੀਆਂ ਜਿਨ੍ਹਾਂ ਦੀ ਉਮਰ 2 ਸਾਲ ਅਤੇ 4 ਸਾਲ ਦੀ ਹੈ ਨਾਲ ਰਹਿ ਰਿਹਾ ਸੀ ਉਸ ਦਾ ਪਿਛਲਾ ਪਿੰਡ ਗਗੜੇਵਾਲ ਜ਼ਿਲ੍ਹਾ ਅੰਮ੍ਰਿਤਸਰ ਸੀ ਅਤੇ ਉਹ ਗੁਰਸਿੱਖ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਉਹ VTA ਕੰਪਨੀ ਦੀ ਯਾਰਡ ਵਿੱਚ ਵੀ ਕੰਮ ਕਰਦਾ ਸੀ ਬੁੱਧਵਾਰ ਸਵੇਰੇ ਹੋਈ ਇਸ ਘਟਨਾ ਨੂੰ VTA ਕੰਪਨੀ ਦੇ ਯਾਰਡ ਵਿੱਚ ਹੀ ਕੰਮ ਕਰਦੇ 57 ਸਾਲਾ ਸੈਮੂਅਲ ਕੈਸਡੀ ਵੱਲੋਂ ਗੋਲੀਬਾਰੀ ਕਰਕੇ 8 ਬੰਦਿਆਂ ਦੀ ਮੌਤ ਦੇ ਘਾਟੂ ਉਤਾਰ ਦਿੱਤਾ ਗਿਆ ਕਿ ਦਿੱਥੇ ਕਾਤਲ ਸੈਮੂਅਲ ਕੈਸਡੀ 2001 ਤੋਂ VTA ਵਿੱਚ ਹੀ ਕੰਮ ਕਰ ਰਿਹਾ ਸੀ ਉਸ ਦਾ ਆਪਣੀ ਪਤਨੀ ਤੋਂ ਤਲਾਕ ਹੋ ਚੁੱਕਾ ਸੀ ਸਵੇਰੇ ਕੰਮ ਤੇ ਆਉਣ ਤੋਂ ਪਹਿਲਾਂ ਉਸ ਨੇ ਆਪਣੇ ਘਰ ਨੂੰ ਵੀ ਆਗ ਲਗਾ ਦਿੱਤੀ ਸੀ ਅਤੇ ਯਾਰ ਵਿੱਚ ਆਉਂਦਿਆਂ ਹੀ ਉਹ ਗੁੱਸੇ ਵਿੱਚ ਦਿਖ ਰਿਹਾ ਸੀ ਬੀਟੀਏ ਯੂਨੀਅਨ ਦੀ ਮੀਟਿੰਗ ਇੱਥੇ ਹੋਣੀ ਸੀ ਜਿਸ ਤੋਂ ਉਹ ਖੁਸ਼ ਨਹੀਂ ਸੀ ਉਸ ਦੇ ਸਾਥੀਆਂ ਦਾ ਕਹਿਣਾ ਸੀ ਕਿ ਕਥਿਤ ਕਾਤਿਲ ਸੈਂਬਲ ਕੈਸ ਦੀ ਗਰਮ ਸੁਭਾ ਦਾ ਸੀ ਅਤੇ ਅਕਸਰ ਹੀ ਆਪਣੇ ਸਾਥੀ ਕਰਮਚਾਰੀਆਂ ਨਾਲ ਛੋਟੇ-ਛੋਟੀ ਗੱਲ ਤੋਂ ਲੜਦਾ ਰਹਿੰਦਾ ਸੀ ਜਿਸ ਰੇਲਯਾਰ ਦੇ ਵਿੱਚ ਗੋਲੀਕੰਢ ਹੋਇਆ ਹੈ ਉਹ ਸੰਤਾ ਕਲਾਰਾ ਕਾਉਂਟੀ ਸ਼ੈਰੀਫ ਵਿਭਾਗ ਨਾਲ ਜੁੜਿਆ ਹੋਇਆ ਹੈ ਇਹ ਇੱਕ ਆਵਾਜਾਈ ਕੰਟਰੋਲ ਕੇਂਦਰ ਹੈ ਜਿੱਥੇ ਟ੍ਰੇਨਾਂ ਖੜੀਆਂ ਹੁੰਦੀਆਂ ਹਨ ਬੀਟੀਏ ਸੰਤਾ ਕਲਾਰਾ ਕਾਉਂਟੀ ਬਾਸ ਲਾਈਟ ਰੇਲ ਅਤੇ ਹੋਰ ਆਵਾਜਾਈ ਸੇਵਾਵਾਂ ਉਪਲਬਧ ਕਰਾਉਂਦਾ ਹੋਦੀ ਹੈ ਇਸ ਘਟਨਾ ਵਿੱਚ ਮਰਨ ਵਾਲੇ ਮ੍ਰਿਤਕਾਂ ਦੇ ਨਾਮ ਪੁਲਿਸ ਨੇ ਘੋਸ਼ਿਤ ਕਰ ਦਿੱਤੇ ਹਨ ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਚੋਣਾਂ ਤੋਂ ਬਾਅਦ ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਚ ਵਾਅਦਾ ਹੋਇਆ ਹੈ ਜਿਸ ਤੇ ਕਾਫੀ ਚਿੰਤਾ ਚੁਟਾਈ ਜਾ ਰਹੀ ਹੈ ਰਾਸ਼ਟਰਪਤੀ ਜੋ ਬਾਈਡਨ ਨੇ ਇਸ ਘਟਨਾ ਦਾ ਦੁੱਖ ਪ੍ਰਗਟਾਇਆ